ਉਗਰ ਮਿਲ ਲਿਆ, ਲੱਗਿਆ ਰਹਿਣਾ, ਕਦੇ ਦਮ ਵੀ ਲੈ ਲਿਆ ਕਰ। ਉਹ ਬਾਈ ਦਮ ਤਾਂ ਉੱਦਾਂ ਹੀ ਲਵਾਂਗੇ ਜਿਹਦੇ ਉੱਤੋਂ ਬੁਲਾਵਾ ਆਇਆ, ਇਹ ਤਾਂ ਚੱਲਦਾ ਹੀ ਰਹਿਣਾ। ਤੂੰ ਦੱਸ ਕਿੱਧਰ ਚੱਲਿਆ? ਉਹ ਆਹ ਕਬੀਲਦਾਰੀ ਦੇ ਪੰਗੇ ਨੇ, ਉਹ ਆਹ ਘਰ ਦਾ ਸੌਦਾ ਪੱਤਾ ਜਿਹਾ ਲੈਣ ਚੱਲਿਆ ਸੀ। ਉਹ ਕਦੀ ਸਾਲਾ ਆਹ ਲਾਇਆ, ਕਦੀ ਆਹ ਲਾਇਆ, ਆਹ ਘਰ ਦਾ ਨਿੱਕ ਛੁੱਕ ਜਿਹਾ ਨਹੀਂ ਮੁੱਕਦਾ। ਉਹ ਸੁਣ ਸਿਆਂ, ਬੰਦਾ ਮਰਦਾ ਮਰਜੂ ਪਰ ਆਹ ਨਿੱਕ ਸੁੱਕ ਨਹੀਂ ਮੁੱਕਦਾ, ਜਵਾਕਾਂ ਨੇ ਤਾਂ ਖਾਣੇ ਆ ਬਈ। ਉਹ ਗੁਰਮੇਲ ਸਿਆਂ, ਆਹ ਜ਼ਮੀਨ ਤੋਂ ਬਿਨਾਂ ਘਰ ਵੱਲ ਵੀ ਧਿਆਨ ਰੱਖ ਲਿਆ ਕਰ ਭੋਰਾ। ਕਿਉਂ, ਕੀ ਮਤਲਬ ਹੈ ਤੇਰਾ? ਉਹ ਤੇਰਾ ਮੁੰਡਾ ਬੈਲੀਆਂ ਦੇ ਜੱਗੂ ਨਾਲ ਉੱਠਦਾ ਬੈਠਦਾ, ਹਟਾ ਲੈ ਵਧੀਆ ਰਹੇਗਾ। ਉਹ ਤਾਂ ਤਕੜੇ ਲੋਕ ਨੇ, ਉਹਨਾਂ ਨੂੰ ਕੋਈ ਫਰਕ ਨਹੀਂ ਪੈਣਾ, ਉਹ ਰਗੜੇ ਤਾਂ ਆਪਣੇ ਵਰਗੇ ਮਾਤੜ ਜਾਣਗੇ। ਪੁੱਠੇ ਕੰਮਾਂ 'ਚ ਲੱਗਿਆ ਹੋਇਆ ਉਹ। ਉਹ ਨਾ ਸੁਣ ਸਿਆਂ, ਤੈਨੂੰ ਭੁਲੇਖਾ ਪਿਆ ਹੋਣਾ, ਉਹ ਮੇਰਾ ਮੁੰਡਾ ਸੀ ਜੀ, ਮਾੜੀ ਮੰਡੀਰ 'ਚ ਨਹੀਂ ਪੈਂਦਾ। ਹਾਂ, ਉਹ ਨਸ਼ਿਆਂ ਦੇ ਤਾਂ ਕੋਲ ਨਹੀਂ ਖੜਦਾ, ਉਹਦਾ ਪੜ੍ਹਦਾ ਹਾਲੇ। ਉਹ ਤੈਨੂੰ ਦੱਸਣਾ ਸੀ ਬਾਈ, ਦੱਸਤਾ, ਹੋ ਸਕਦਾ ਕਿਤੇ ਮੈਨੂੰ ਹੀ ਗਲਤ ਫਹਿਮੀ ਹੋ ਗਈ ਹੋਵੇ। ਚੱਲ ਚੰਗਾ ਫਿਰ, ਮੇਰੀ ਬੱਸ ਨਾ ਲੰਘ ਜੇ, ਮੈਂ ਚੱਲਦਾ, ਫਿਰ ਮੁੜ ਕੇ ਵੀ ਆਉਣਾ। ਦੀਪਾ ਬਹਿੰਦਾ ਤਾਂ ਹੈ ਨਹੀਂ ਮਾੜੀ ਮੰਡੀਰ 'ਚ, ਨਸ਼ੇ ਪੱਤੇ ਵਾਲੇ ਤਾਂ ਕੋਲ ਨਹੀਂ ਖੜਦਾ ਕਦੇ, ਉਹ ਉਹੀ ਲੱਗਿਆ ਹੋਣਾ ਸੌਣ ਸਿਆਂ ਨੂੰ, ਭੁਲੇਖਾ ਪੈ ਗਿਆ ਉਹ। ਦੀਪੇ ਆਓ ਦੇਖ ਬੈਠਾ ਸ਼ਿਕਾਰ, ਕਰੀਏ ਲੁੱਟ ਖੋ। ਉਹ ਮੈਨੂੰ ਤਾਂ ਡਰ ਜਿਹਾ ਲੱਗ ਜਾਂਦਾ, ਕਿਤੇ ਫੜੇ ਨਾ ਜਾਈਏ। ਉਹ ਡਰ ਨੂੰ ਕਿਤੇ ਨਹੀਂ, ਆਪਣਾ ਮਾਲ ਵੀ ਮੁੱਕਿਆ ਹੋਇਆ। ਹਾਂ, ਇਹ ਤਾਂ ਗੱਲ ਤੇਰੀ ਸਹੀ ਆ, ਸਵਾਦ ਆ। ਚੱਲ ਬੰਨ ਲੈ ਰੁਮਾਲ ਛੇਤੀ। ਚੱਲ ਹੁਣ ਛੇਤੀ ਕਰ, ਕੋਈ ਆਜੂਗਾ। ਸਾਲਿਆ ਉਰਾਂ ਪਰਾਂ ਵੀ ਦੇਖ ਲਾ, ਐਵੇਂ ਨਾ ਮਰਵਾ ਦੇ ਕਿਤੇ। ਉਹ ਬਹਿ ਜਾ ਬਹਿ ਜਾ, ਸਾਲਿਆ ਗੱਡੀ ਆ ਗਈ। ਚਲ ਆ ਜਾ, ਫੜ ਲੈ ਸਾਲ ਨੂੰ, ਮਾਰ 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 ਮੁੱਕਿਆ, ਮਾਰ ਸਾਲ ਦੇ, ਮਾਰ ਮਾਰ ਸਾਲ ਦੇ, ਮਾਰ ਮਾਰ। ਉਹ ਚੱਕ, ਪਰਸ ਖੂ, ਪਰਸ ਖੂ ਛੇਤੀ, ਉਹ ਛੇਤੀ ਕਰ, ਪਹਿਲਾਂ ਪਰਸ ਖੂ ਤੂੰ। ਉਹ ਬਟੂਆ ਕੱਢ ਲੈ, ਬਟੂਆ, ਉਹ ਬਟੂਆ ਛੇਤੀ, ਉਹ ਮੈਂ ਇੱਟ ਮਾਰ। ਭੱਜ ਲੈ ਸਾਲਿਆ ਛੇਤੀ, ਭੱਜ ਲੈ। ਉਹ ਸਾਲਿਆ ਦੇਖ ਵੀ ਲੈ ਬਟੂਏ 'ਚ ਕੁਛ ਹੈਗਾ ਵੀ ਆ ਕਿ ਨਹੀਂ। ਦੋ ਹਜ਼ਾਰ ਆ ਓਏ, ਦੋ ਦਿਨ ਦਾ ਕੰਮ ਚੱਲ ਜੂ। ਵੈਰੀ ਗੁੱਡ, ਚੱਲ ਬੈਠ, ਬਣ ਗਿਆ ਕੰਮ। ਚੱਲ ਖਿੱਚ ਦੇ ਹੁਣ ਛੇਤੀ, ਖਿੱਚ। ਸਾਲਿਆ ਉਹਦੇ ਇੱਟ ਮਾਰੀ ਤੀ ਓਏ। ਉਹ ਹੋਰ ਕੀ ਕਰਦਾ ਓਏ, ਤੈਨੂੰ ਛੁਡਾਉਣਾ ਤਾਂ ਸੀ, ਫੜ ਤਾਂ ਲਿਆ ਸੀ ਉਹਨੇ, ਪਿੰਡ 'ਚ ਬੇਇੱਜ਼ਤੀ ਥੋੜ੍ਹੀ ਕਰਾਉਣੀ ਸੀ। ਚੱਲ ਫਿਰ, ਚੱਲ ਚੱਲ ਛੇਤੀ ਬੈਠ, ਛੇਤੀ ਕਰ। ਪਾਣੀ ਲਿਆਵਾਂ? ਹਾਂ ਲਿਆ ਦੇ। ਦੀਪਾ ਕਿੱਥੇ ਆ? ਉਹ ਆਪਣੇ ਮਾਮੇ ਦੇ ਘਰੇ ਗਿਆ, ਕਹਿੰਦਾ ਸ਼ਾਮ ਤੱਕ ਆਜੂਗਾ। ਕਿਉਂ, ਕੀ ਗੱਲ ਹੋ ਗਈ? ਉਹ ਗੱਲ ਤਾਂ ਕੋਈ ਨਹੀਂ, ਆ ਪਿੰਡ ਵਾਲੇ ਗੱਲਾਂ ਕਰਦੇ ਸੀ, ਕਹਿੰਦੇ ਥੋੜ੍ਹਾ ਦੀਪਾ ਬੈਲੀਆਂ ਦੇ ਜੱਗੂ ਨਾਲ ਉੱਠਦਾ ਪੈਂਦਾ, ਪਰ ਮੈਂ ਨਹੀਂ ਮੰਨਿਆ, ਉਹ ਆਪਣਾ ਦੀਪਾ ਤਾਂ ਇੰਨਾ ਸਾਊਗਾ। ਆ ਲੋਕੀ ਤਾਂ ਨਾ ਐਵੇਂ ਭੌਂਕਦੇ ਰਹਿੰਦੇ ਆ, ਹੈਂ। ਲੈ ਉਹ ਆ ਗਿਆ ਦੀਪਾ, ਜਾ ਆਇਆ ਪੁੱਤ ਆਪਣੇ ਮਾਮੇ ਦੇ ਘਰੇ। ਹਾਂ ਬੇਬੇ, ਜਾ ਆਇਆ। ਬੇਬੇ ਭੁੱਖ ਬਹੁਤ ਲੱਗੀ ਹੈ ਮੈਨੂੰ, ਰੋਟੀ ਪਾ ਦੇ ਮੈਨੂੰ, ਥੱਕਿਆ ਪਿਆ ਮੈਂ, ਫਿਰ ਮੈਂ ਸੌਣਾ, ਨੀਂਦ ਆਈ ਜਾਂਦੀ ਆ। ਪਾ ਦਿੰਦੀ ਆ ਪੁੱਤ, ਤੁਸੀਂ ਨਾ ਜਾਗਰ ਦਾ ਪਤਾ ਲਿਆਓ ਜਾ ਕੇ। ਕਿਉਂ, ਕੀ ਹੋ ਗਿਆ ਜਾਗਰ ਨੂੰ? ਪਤਾ ਨਹੀਂ, ਕਹਿੰਦੇ ਲੁੱਟ ਖੋਹ ਕੀਤੀ ਉਹਦੇ ਨਾਲ।
ਨਾਲੇ ਇੱਟ ਮਾਰ ਕੇ ਉਹਦਾ ਸਿਰ ਪਾੜਤਾ। ਆਹ ਮਰ ਜਾਣਾ ਇਹੋ ਜਿਹੇ ਲੋਕ ਤਾਂ। ਇਹ ਲੁੱਟਾਂ ਖੋਹਾਂ ਤਾਂ ਸਮੇਂ ਕਿਤੇ ਨਸ਼ੇੜੀਆਂ ਦਾ ਕੰਮ ਆ। ਕੰਮ ਕਾਰ ਕੋਈ ਕਰਨਾ ਨਹੀਂ, ਘਰਾਂ ਤੋਂ ਪੈਸਾ ਮਿਲਦਾ ਨਹੀਂ, ਬਸ ਲੁੱਟ ਜਾਂਦੇ ਨੇ ਲੋਕਾਂ ਨੂੰ। ਚੱਲ ਤੁਰਟੀ ਦੇ ਪਾ ਕੇ ਇਹਨੂੰ, ਮੈਂ ਲਿਆਵਾਂ ਪਤਾ ਜਾ ਕੇ ਜਾਗਰਦਾ। ਬੇਬੇ ਕਿੰਨੇ ਕੁ ਸੱਟ ਵੱਜੀ ਜਾਗਰਦੇ? ਪਤਾ ਨਹੀਂ ਪੁੱਤ, ਮੈਨੂੰ ਤਾਂ ਉਹਨਾਂ ਦੀ ਬੁੜੀ ਦੱਸ ਕੇ ਗਈ ਆ, ਕਹਿੰਦੀ ਬਈ ਆਹ ਗੱਲ ਹੋ ਗਈ। ਬੇਬੇ ਇਹ ਸਾਰਾ ਕੰਮ ਸਾਲੇ ਨਸ਼ੇੜੀਆਂ ਦਾ, ਉਹ ਨਾਲੇ ਲੁੱਟਾਂ ਖੋਹਾਂ ਕਰ ਜਾਂਦੇ ਨੇ, ਨਾਲੇ ਬੰਦੇ ਦੇ ਸੱਟਾਂ ਮਾਰ ਜਾਂਦੇ ਨੇ, ਪਤਾ ਨਹੀਂ ਕੀ ਬਣੂ ਇਹਨਾਂ ਦਾ। ਔਖੇ ਆ ਹੁਣ ਕੰਪਨੀ ਵਾਲਾ ਦਾ ਫੋਨ ਆ ਬੇਬੇ। ਹੈਲੋ, ਉਹ ਕਿੰਨੇ ਵਾਰੀ ਕਿਹਾ ਯਾਰ ਨਹੀਂ ਲੈਣਾ ਨਵਾਂ ਸਿਮ, ਉਈ ਤੰਗ ਕਰੀ ਜਾਂਦੇ ਹੋ। ਹਾਂ ਮਿੱਠੀ। ਹੈਲੋ ਕੀ? ਉਹ ਬੇਬੇ ਤੀ ਲਵੇ ਤਾਂ ਕਿਹਾ ਤੀ। ਅੱਛਾ ਕੱਲ ਮਿਲੇਗਾ? ਉਹ ਆ ਜਾਊਗਾ, ਤੂੰ ਬੁਲਾਵੇ ਮੈਂ ਆਵਾਂ ਨਾ। ਚੰਗਾ ਵਾੜੇ ਚਾ ਜੀ। ਆ ਜਾਊਗਾ। ਉਹ ਗੱਲ ਸੁਣਾ ਓਏ, ਜੇ ਦੁਬਾਰੇ ਫੋਨ ਕਰਿਆ ਸਾਲੇ ਦੀਆਂ ਲੱਤਾਂ ਤੋੜ ਦੂੰ। ਹੈਂ ਐਵੇਂ ਤੰਗ ਕਰੀ ਜਾਂਦੇ ਹੋ? ਹੈਂ ਆਹੋ ਬੇ, ਕਿਹਦਾ ਫੋਨ ਤਾ? ਕੰਪਨੀ ਵਾਲਾ ਦਾ ਫੋਨ ਤੀ ਬੇਬੇ, ਹੋਰ ਮੈਨੂੰ ਕਿਹਦਾ ਫੋਨ ਆਉਣਾ। ਜਾਂ ਰੋਟੀ ਪਾ ਦੇ ਮੈਨੂੰ। ਉਹ ਤੈਨੂੰ ਥੋੜ੍ਹੀ ਕਿਹਾ ਮਿੱਠੀਏ, ਮੈਂ ਤੈਨੂੰ ਕੁਛ ਕਹਿ ਸਕਦਾ? ਅੱਛਾ ਅੱਛਾ ਠੀਕ ਹੈ, ਚੱਲ ਠੀਕ ਹੈ ਰੱਖਦੀ ਹਾਂ, ਮੈਨੂੰ ਲੱਗਦਾ ਨਾ ਕੋਈ ਆ ਰਿਹਾ। ਉਹ ਤਾਂ ਬੇਬੇ ਆ ਗਈ ਤੀ ਤਾਂ ਕਰਕੇ ਫੈਂਟਰ ਜਿਹਾ ਮਾਰਿਆ। ਚੱਲ ਠੀਕ ਹੈ ਫਿਰ ਕਰਦਾ। ਹਾਂ ਚੰਗਾ ਚੰਗਾ, ਕੱਲ੍ਹ ਮਿਲਦੇ ਹੈਂ। ਠੀਕ ਹੈ। ਲਿਆ ਬੇਬੇ ਰੋਟੀ। ਪਤਾ ਨਹੀਂ ਕਿੱਥੇ ਰਹਿ ਗਿਆ, ਆਇਆ ਹੀ ਨਹੀਂ ਹਲੇ ਤੱਕ। ਕਿਵੇਂ ਬੁਲਾਇਆ ਸੀ? ਉਦਾਂ ਹੀ ਦੇਖਣਾ ਸੀ ਤੈਨੂੰ ਤਾਂ ਕਰਕੇ। ਆਲੇ ਪਿੰਨੀਆਂ ਖਾ ਲਈ, ਅਸੀਂ ਨਾ ਘਰੇ ਬਣਾਈਆਂ ਸੀ। ਦੇਖ ਦੀਪੇ ਛੱਡੀ ਨਾ ਮੈਨੂੰ। ਭੋਲੀ ਭਾਵੇਂ ਮੇਰੀ ਜਾਨ ਚਲੀ ਜਾਵੇ ਪਰ ਤੈਨੂੰ ਨਹੀਂ ਛੱਡਾਂਗਾ ਕਦੇ। ਹਾਏ ਹਾਏ, ਮਰਨ ਤੇਰੇ ਦੁਸ਼ਮਣ, ਤੂੰ ਕਿਉਂ ਮਾਰੇ? ਇਹੋ ਜਿਹੇ ਬੋਲ ਨਾ ਬੋਲ, ਹੌਲ ਪੈਂਦੇ ਆ ਮੇਰੇ। ਅੱਛਾ ਮੇਰੇ 'ਚ ਇਹੋ ਜਿਹਾ ਕੀ ਦੇਖ ਰਿਹਾ ਤੂੰ? ਇਸ਼ਕ ਸ਼ਕਲਾਂ ਦੇਖ ਕੇ ਨਹੀਂ ਕੀਤਾ ਜਾਂਦਾ, ਬਸ ਹੋ ਜਾਂਦਾ। ਮੈਨੂੰ ਵੀ ਹੋ ਗਿਆ ਤੇਰੇ ਨਾਲ। ਭੋਲੀ ਇੱਕ ਮਿੱਠੀ ਦਾ ਦੇ। ਆ ਥੱਪੜ ਦਿਖਦਾ, ਕੰਨ 'ਤੇ ਪਊਗਾ ਜੇ ਜ਼ਿਆਦਾ ਬਕਵਾਸ ਕੀਤੀ ਤਾਂ। ਚੱਲ ਜਾ ਹੁਣ, ਘਰ ਦੇ ਆਉਣ ਵਾਲੇ ਆ। ਚੰਗਾ ਫੋਨ ਕਰਦੀ। ਹਾਂ ਹਾਂ ਕਰ ਦੂੰਗੀ, ਤੂੰ ਜਾ ਹੁਣ। ਚੰਗਾ ਮਿੱਠੀਏ। ਕਮਲਾ ਜਾ। ਪਿੰਨੀਆਂ ਦੱਸਦੀ ਕਿਵੇਂ ਲੱਗੀਆਂ? ਹਾਂ ਹਾਂ ਦੱਸ ਦੂੰਗਾ। ਹਾਏ ਹਾਏ ਲੇਟ ਹੋ ਗਈ, ਮੈਂ ਤਾਂ ਘਰੇ ਵੀ ਜਾਣਾ ਸੀ। ਉਹ ਹਲੇ ਪਾਏ ਨੀ ਕੱਖ। ਉਹ ਪਾਉਣੇ ਲੱਗਿਆ ਸੀ ਬਸ। ਬਾਪੂ ਤੈਨੂੰ ਪਤਾ ਲੱਗਿਆ, ਆਹ ਕਿਸਾਨਾਂ ਵਾਸਤੇ ਇੱਕ ਨਵਾਂ ਕਾਨੂੰਨ ਬਣਿਆ, ਤੈਨੂੰ ਪਤਾ? ਕਾਨੂੰਨ ਕਿਹੜਾ ਕਾਨੂੰਨ ਆ? ਆ ਗਵਰਨਮੈਂਟ ਨੇ MSP ਖਤਮ ਕਰਤੀ। ਇਹਦਾ ਕੀ ਮਤਲਬ? ਇਹਦਾ ਮਤਲਬ ਇਹ ਹੈ ਬਾਪੂ ਵੀ ਹੁਣ ਆਪਣੀਆਂ ਫਸਲਾਂ ਆੜ੍ਹਤੀ ਨਹੀਂ ਚੱਕਣਗੇ, ਸਿੱਧਾ ਕੋਈ ਨਾ ਕੋਈ ਪ੍ਰਾਈਵੇਟ ਕੰਪਨੀ ਖਰੀਦਿਆ ਕਰੂ। ਨਾਲੇ ਆ ਪ੍ਰਾਈਵੇਟ ਕੰਪਨੀਆਂ ਨਾ ਆਪਾਂ ਤੋਂ ਸਸਤੇ ਰੇਟ 'ਚ ਲੈ ਕੇ ਫਸਲ ਦੁੱਗਣੇ ਰੇਟ 'ਤੇ ਵੇਚਿਆ ਕਰਨਗੀਆਂ।
ਉਹ ਰਹਿੰਦਾ ਖੂੰਹਦਾ ਇਹਨਾਂ ਨੇ ਆਪਣੇ ਕਿਸਾਨ ਅਤੇ ਆੜ੍ਹਤੀ ਦਾ ਰਿਸ਼ਤਾ ਵੀ ਖਤਮ ਕਰਤਾ। ਬਾਪੂ, ਕਿਸਾਨ ਤਾਂ ਬਸ ਮਜ਼ਦੂਰੀ ਕਰਨ ਜੋਗੇ ਰਹਿ ਜੂ। ਬੜਾ ਮਾੜਾ ਕੰਮ ਕਰਿਆ ਸਹੁਰੇ ਨੇ। ਲੈ ਹੋਰ, ਖ਼ਬਰਾਂ ਵਿੱਚ ਤਾਂ ਇੰਨਾ ਰੌਲਾ ਪਿਆ ਪਿਆ ਬਈ ਕਿਸਾਨ ਹੜਤਾਲ ਕਰਨਗੇ, ਕਹਿੰਦੇ ਅਸੀਂ ਨਹੀਂ ਮੰਨਦੇ ਨਵੇਂ ਕਾਨੂੰਨ ਨੂੰ। ਉਹ ਜ਼ਿਮੀਦਾਰਾਂ ਤਾਂ ਪਹਿਲਾਂ ਹੀ ਮਾਰਿਆ ਪੈਤੀ, ਆ ਸਰਕਾਰ ਨੇ ਹੋਰ ਜਮੀ ਲੱਕ ਤੋੜਤਾ। ਉਹ ਨਾਲੇ 'ਚ ਇਕੱਲੇ ਜ਼ਿਮੀਦਾਰ ਨਹੀਂ ਔਰ ਕਿਸਾਨ ਨਹੀਂ, ਇਹ ਤਾਂ ਸਾਰੇ ਰਗੜੇ ਜਾਣਗੇ, ਕਿ ਮਜ਼ਦੂਰ, ਕਿ ਆੜ੍ਹਤੀਏ, ਕਿ ਪੱਲੇਦਾਰ, ਸਭ। ਮੈਂ ਜਾ ਕੇ ਸਰਪੰਚ ਨਾਲ ਗੱਲ ਕਰਦਾ, ਨਾਲੇ ਪੁੱਛਦਾ ਜਾ ਕੇ ਵੀ ਭਾਈ ਕੀ ਰੌਲਾ ਇਹ। ਉਹ ਬਾਪੂ, ਉਹ ਆਪਾਂ ਕਿਉਂ ਚੱਕਰਾਂ 'ਚ ਪਈਏ, ਆਪਣੇ ਕੋਲ 4-5 ਕਿੱਲੇ ਤਾਂ ਜ਼ਮੀਨ ਆ, ਆਪਾਂ ਹਾੜੀ ਸੋਣੀ ਕੱਢ ਕੇ ਕਿਤੇ ਵੀ ਫਸਲ ਵੇਚਦਾ ਕਰਾਂਗੇ। ਉਹ ਨਹੀਂ ਪੁੱਤਰਾ, ਇਹਦਾ ਸਾਰਿਆਂ ਨੂੰ ਇਕੱਠੇ ਹੋ ਕੇ ਹਮਲਾ ਮਾਰਨਾ ਪਊ, ਤਾਂ ਕਿਤੇ ਜਾ ਕੇ ਗੱਲ ਬਣੂਗੀ, ਨਹੀਂ ਤਾਂ ਲੁੱਟੇ ਜਾਵਾਂਗੇ। ਜੇ ਲੋਕ ਰੌਲਾ ਪਾਉਣਗੇ ਤਾਂ ਸਰਕਾਰ ਜਾਗੂਗੀ। ਲੈ ਹੋਰ, ਜਾਣਾ ਤਾਂ ਬਣਦਾ, ਅਸੀਂ ਵੀ ਤਾਂ ਸਾਰਿਆਂ ਨਾਲ ਹੈ। ਆ ਭਾਈ ਜੀ ਨੇ ਸਵੇਰੇ ਆਵਾਜ਼ ਦਿੱਤੀ ਸੀ, ਕਹਿੰਦੇ ਸਾਰੇ ਪਿੰਡ ਵਾਲੇ ਥਿਆਈ 'ਚ ਇਕੱਠੇ ਹੋ ਰਹੇ ਹਾਂ। ਹਾਂ, ਮੈਂ ਜਾਂਦਾ, ਦੇਖਦਾ ਜਾ ਕੇ। ਬੇਬੇ, ਆ ਮੈਨੂੰ 1,000 ਰੁਪਇਆ ਹੋਰ ਦੇ, ਮੈਂ ਪੈਂਟ ਸ਼ਰਟ ਲੈਣੀ ਆ ਨਵੀਂ। ਵੇ ਧਿਆਨ ਗੱਲ ਖਰਚਿਆ ਕਰ, ਹੈਂ, ਇੱਥੇ ਮਸ਼ੀਨ ਨਹੀਂ ਲੱਗੀ ਹੋਈ ਨੋਟਾਂ ਦੀ, ਹੈਂ, ਦੇਈ ਜਾਓ ਇਹਨੂੰ ਵਿਹਲੇ ਨੂੰ 1,000-1,000 ਰੁਪਇਆ ਕੱਢ ਕੱਢ ਕੇ। ਉਹ ਬੇਬੇ, ਮੈਂ ਜਦੋਂ ਵੀ ਪੈਸੇ ਮੰਗਦਾ ਨਾ, ਤੂੰ ਬਸ ਐਂ ਬੁੜਬੁੜ ਕਰਦੀ ਰਹਿੰਦੀ ਆ। ਉਹ ਨਾਲੇ ਮੈਂ ਕੋਈ ਵਿਹਲਾ ਨਹੀਂ, ਉਹ ਮੈਂ ਪੜ੍ਹ ਲਿਖ ਕੇ ਆਪਣੀ ਨੌਕਰੀ ਵਾਸਤੇ ਅਪਲਾਈ ਕਰਤਾ, ਤੂੰ ਦੇਖੀ ਚੱਲ, ਆਹ ਥੋੜ੍ਹੇ ਦਿਨਾਂ 'ਚ ਨੌਕਰੀ ਲੱਗ ਜਾਣੀ ਹੈ। ਵੇ ਚੰਗਾ, ਲੱਗ ਜੂਗੀ ਇਹਦੀ ਨੌਕਰੀ। ਉਹ ਚੰਗਾ ਬੇਬੇ, ਆਹ ਮੈਨੂੰ ਦੇ ਲਿਆ ਕੇ 1,000 ਰੁਪਇਆ। ਲਿਆ ਲਿਆ, ਤੂੰ ਦੇਖਦੀ ਰਹੀ ਬੇਬੇ ਕਿੱਡੀ ਨੌਕਰੀ ਮਿਲਦੀ ਹੈ ਤੇਰੇ ਪੁੱਤ ਨੂੰ। ਆਹ ਲਿਆਈ 1,000 ਰੁਪਇਆ ਛੇਤੀ, ਹੈ ਮੈਂ ਪਾਉਣਾ ਪੱਠੇ ਡੰਗਰਾਂ ਨੂੰ। ਹਾਂ, ਲਿਆਂਦੇ ਪੈਸੇ? ਹਾਂ ਲਿਆਂਦੇ। ਇਹ ਆ ਚੱਕ 2,000 ਰੁਪਇਆ ਤੇ ਕੱਢ ਮਾਲ। ਦੀਪੇ, ਇੱਕ ਗੱਲ ਕਹਾਂ ਯਾਰ, ਭੋਲੀ ਨੂੰ ਕਹਿ ਕੇ ਕਿਤੇ ਸੈਟਿੰਗ ਹੀ ਕਰਵਾ ਦੇ। ਉਹ ਕਿਹਾ ਸੀ ਜਵਾਬ ਦੇ ਗਈ, ਕਹਿੰਦੀ ਸਾਰੀ ਬੁੱਕ ਨੇ। ਸਾਲੀ, ਸਾਡੀ ਵਾਰੀ ਆਈ, ਹੁਣ ਸਾਰੀਆਂ ਹੀ ਬੁੱਕ ਹੋ ਗਈਆਂ। ਫਿਰ ਭੋਲੀ ਨੂੰ ਕਹਿ ਦੀ, ਜੇ ਹੋਰ ਨਹੀਂ ਹੈਗੀ ਕੋਈ ਫਿਰ ਉਹੀ ਸਾਰਦਾ ਕਰੇ ਡੰਗ। ਸਾਲਿਆ, ਉਹ ਕੀ ਭੌਂਕਦਾ ਕੁੱਤਿਆ, ਦੁਬਾਰੇ ਬੋਲੀ, ਮਾਰ ਕੇ ਘਸੁੰਨ ਸਾਲੇ ਦੇ ਦੰਦ ਕੱਢ ਦੁਬਾਰੇ। ਤੂੰ ਤਾਂ ਗੁੱਸਾ ਹੀ ਕਰ ਗਿਆ ਸੀ ਖਸਮਾਂ। ਚੱਲ ਦੋ ਦਿਲਵਾ ਇੱਕ ਹੋਰ। ਸਾਲਿਆ, ਭੋਲੀ ਨਾ ਹੋ ਗਈ ਤੇਰੀ ਕਿਤੇ, ਪ੍ਰੀਤੀ ਸੱਪਲੂ ਹੋ ਗਈ। ਨਹੀਂ ਕਹਿੰਦਾ ਹੁਣ ਕੁਛ, ਸਾਲਾ ਮਰਨੂ ਹੋ ਗਿਆ, ਗੁੱਸਾ ਨਾ ਕਰਿਆ ਕਰ ਐਵੇਂ। ਓਏ ਹਾਂ, ਉਹ ਭੋਲੀ ਮੇਰੇ ਲਈ ਪ੍ਰੀਤੀ ਸੱਪਰੂ ਆ। ਉਹ ਤੈਨੂੰ ਕੀ ਤਕਲੀਫ ਆ, ਤੂੰ ਸਾਲਾ ਭੌਂਕੀ ਜਾਊ ਜੋ ਮੂੰਹ ਚਾਹੁੰਦਾ। ਹੁਣ ਕਹੀ ਭੋਲੀ ਬਾਰੇ, ਜੇ ਮਾਰ ਕੇ ਘਸੁੰਨ ਦੰਦੜੀਆਂ ਨਾ ਕੱਢਤੀਆਂ ਨਾ, ਮੈਨੂੰ ਵੀ ਦੀਪਾ ਨਾ ਕਹੀ। ਸਾਲਿਆ, ਮਿਰਚਾਂ ਤਾਂ ਬੜੀਆਂ ਲੱਗੀਆਂ ਤੈਨੂੰ, ਹੈ ਨਾ ਸਾਲਾ ਮਜਨੂ। ਉਹ ਉਸੇ ਦਾ ਹੀ ਹੋਣਾ ਹੈ, ਤੇਰੀ ਪ੍ਰੀਤੀ ਸੱਪਲੂ ਦਾ। ਕਰ ਗੱਲ ਕਰ। ਹੈਲੋ ਹੈਲੋ, ਹਾਂ ਮਿੱਠੀਏ,
हाँ किथे है दीप? मैं बस नौकरी वास्ते फॉर्म अप्लाई करने गया सी। हाँ बस एक टीका रह गया, नौकरी पक्की। वो चुप, आ पीछे कौन बोलदा? ओ बस कोई नहीं, ये तो पखियारी सी, कहंदा 1 रुपया दे दे तेरी नौकरी पक्की। तू दस किवें फोन करे? अच्छा अच्छा गल सुन, कलू ना घर ने शहर जाना, मैं कल्ली होऊंगी घरे, तू ना आ जी, ठीक है? अच्छा ले सौखा, ओए चलांगे दीपा, पक्का हूं पक्का। चल ठीक है, मैं तेरा इंतजार करूंगी। चल ठीक है रख दिया। चंगा मिलते हैं, बाय मिठिए, बाय। निपोली किथे है तू? आई बेबे। ओए मैं चला नाल, मरू साल दे कसो ना, ऐमी भौंकी जाऊ कुत्ते वांगू, कम कर आपदा। ओए बाहर ही खड़ जूंगा राखी वास्ते। ओ रहन दे, कम कर आपदा, साला राखी दा, ओए आपदी राखी जिथे हुंदी नहीं, साडी सभा करेगा राखी करूगा ये सालिया, हैगा ही यार है, नहीं तो कदे दा दस देंदा तेरी भोली नू भी नशे दे टीके लाउंदा है तेरा मिर्जा। तैनू एक बारी कहता ना भौंकना, साला एवं कुत्ते वांगू भौंकी जाऊ जो मूंह चाहुंदा। नाले तैनू की पता जग्गू इश्क की होंदा, इश्क बंदे नू नकम्मा कर देंदा, नकम्मा इश्क अवला होंदा, बंदे नू दुनिया की कोई सुध बुध नहीं रहिंदी, बंदा बस अपने यार दे इश्क विच कमला हो जांदा। आ चिट्टे च ते इश्क च कोई बहुता फर्क नहीं होंदा, वो तेरे वर्गा बांदर की जाने अदरक का स्वाद। चंगा फिर कल मिलते हैं। जिस बांदर ने झपट मारी ना दीपे ते इको झटके च खोलूगा तेरी प्रीति सप्पलू। साला पूनाशक पिंड वालेओ, आ जेड़ी सेंटर दी सरकार ने तिन्ने कानून पास कीते हन भारतीय किसान यूनियन दियां सारियां जथेबंदियां इन्हां बिलां दा डट के विरोध करदियां हन। जे यह बिल लागू होंदे हन तां आपां अपने ही खेतां च दिहाड़ीदार बन के रह जावांगे। ठीक है सरपंच साहब, असीं डट के विरोध करांगे। ओ जे किसान ही खत्म हो गया पिछों रह की जाऊ, नाले सारे लोग अपने नाल खड़न नूं तैयार ने, इस टाइम उन्हां नूं भी पता भी किसानां दे नाल सारा कुछ आ, सरकारां की करनी अपना। ठीक आ आपां सरकार दे नसी तों लिया दांगे जा कट्ठे होके चल पे। आपां 86 पार्टियां नूं स्टेट ते चढ़ नहीं देना, यह लड़ाई अपनी है, आपां डट के लड़नी है। लो भी सरपंच साहब हुण सारा पिंड इकट्ठा, सारे डट के विरोध करनगे और लंगर पानी की सेवा करनगे, जिन्ना भी किसी तो तिल फुल सरिया सारे देण नूं तैयार ने। अरे एक गल होर कहना पंचायत च, आपां 2 ग्रुप बनावांगे किसानां दे, एक ग्रुप मोर्चे ते जाया करूँ, एक ग्रुप पिंड च रहा करूँ, जिहड़ा ग्रुप पिंड च रहा करूँ वह सब दे डंगर बच्चे का ख्याल रखणगे ते खेतों का ख्याल रखणगे, कोई बीमार ठमार होंदा उहदा ध्यान रखणगे। ठीक आ हुण आपां डट के विरोध करांगे, क्योंकि यह लड़ाई हुण इन्नी सौखी भी नहीं जिन्नी आपां मन्नदे आ, बगदे पानी दे उल्ट बहना बहुत औखा है, फिर भी आपां डट के खड़ांगे ते जंग जित के आवांगे। किसान एकता इनकलाब। लो पिंड वालो हुण तैयारी कर लो, आने वाली 25-26 तरीक नूं आपां दिल्ली नूं चाले पा देने ने।
ਕਿਸਾਨ ਏਕਤਾ ਜ਼ਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਮਨਜੀਤ ਕੁਰੇ ਆ ਹੋ ਗਿਆ ਫੈਸਲਾ ਇਕੱਠ 'ਚ, ਕਹਿੰਦੇ ਵੀ ਦਿੱਲੀ ਜਾਣਾ 26 ਤਰੀਕ ਨੂੰ, ਅਰਕਰ ਪਤੇ ਇੱਕ ਬੰਦਾ ਜਾਊਗਾ, ਮੈਂ ਤਾਂ ਜਾਊਂਗਾ, ਤੂੰ ਤਿਆਰੀ ਕਰਦੀ, ਮੈਂ ਤਾਂ ਕਹਿ ਸਰਪੰਚ ਸਾਹਿਬ ਨੂੰ। ਉਹ ਬਾਪੂ ਉਹ ਕਿੱਧਰ ਜਾਣਾ ਤੂੰ? ਉਹ ਦਿੱਲੀ ਜਾਣਾ ਬਈ ਮੋਰਚੇ 'ਤੇ, ਕਿਸਾਨਾਂ ਵਾਲੇ 'ਤੇ। ਉਹ ਬਾਪੂ ਤੂੰ ਵੀ ਹਿੱਲ ਗਿਆ ਮੈਨੂੰ ਲੱਗਦਾ, ਤੈਂ ਦੱਸ ਕੀ ਲੈਣਾ ਮੋਰਚੇ 'ਤੇ ਜਾ ਕੇ, ਤੂੰ ਅੱਡ ਭਗਤ ਸਿੰਘ ਬਣਿਆ ਫਿਰਦਾ, ਉਹ ਘਰੇ ਬਹਿ ਜਾ ਚੁੱਪ ਕਰਕੇ, ਕੀ ਲੱਗਿਆ ਮੋਰਚੇ 'ਤੇ ਜਾਣ ਨੂੰ? ਉਹ ਬੇਬੇ ਸਮਝਾ ਬਾਪੂ ਨੂੰ, ਕੀ ਲੋੜ ਆ ਮੋਰਚੇ 'ਤੇ ਜਾਣ ਦੀ? ਦੀਪੇ ਇਹ ਸਾਡੀ ਇਕੱਲਿਆਂ ਦੀ ਲੜਾਈ ਨਹੀਂ ਹੈਗੀ, ਹੁਣ ਪਾਣੀ ਸਿਰੋਂ ਲੰਘ ਚੁੱਕਿਆ, ਜੇ ਹੁਣ ਵੀ ਅਸੀਂ ਆਪਣੇ ਹੱਕਾਂ ਲਈ ਨਾ ਬੋਲੇ ਨਾ ਤਾਂ ਸਭ ਕੁਝ ਖਤਮ ਹੋ ਜਾਣਾ ਅਤੇ ਸਾਡਾ ਵਜੂਦ ਵੀ ਮਿੱਟੀ ਵਿੱਚ ਮਿਲ ਜਾਣਾ ਅਤੇ ਆਉਣ ਵਾਲੀਆਂ ਨਸਲਾਂ ਵੀ ਖਤਮ ਹੋ ਜਾਣਗੀਆਂ। ਉਹ ਤੂੰ ਨਹੀਂ ਜਾਣਾ, ਨਾ ਜਾ, ਮੈਂ ਤਾਂ ਜਾਊਂਗਾ, ਆਹ ਜ਼ਮੀਨਾਂ ਇੱਦਾਂ ਹੀ ਨਹੀਂ ਬਣੀਆਂ, ਸਾਡੇ ਵੱਡੇ ਵਡੇਰੇ ਨੇ ਆਪਣਾ ਖੂਨ ਡੋਲ ਡੋਲ ਕੇ ਜ਼ਮੀਨਾਂ ਬਣਾਈਆਂ ਨੇ ਇਹ, ਨਾਲੇ ਆਪਣੇ ਹੱਕਾਂ ਦੇ ਲੜਨ ਵਾਸਤੇ ਨਾ ਸਾਨੂੰ ਗੁੜਤੀ ਉਹਨਾਂ ਤੋਂ ਮਿਲੀ ਆ, ਸਮਝ ਗਿਆ? ਪੁਲਿਸ ਦੇ 4 ਡੰਡੇ ਨਹੀਂ ਝੱਲਣੇ ਤੁਸੀਂ, ਆ ਜਿਹੜੀਆਂ ਐਡੀਆਂ ਐਡੀਆਂ ਗੱਲਾਂ ਕਰਦੇ ਹੋ, ਮੈਨੂੰ ਕੀ, ਮਰੋ ਜਾ ਕੇ, ਜੇ ਨਹੀਂ ਮੰਨਦੇ ਮੈਂ ਕੀ ਲੈਣਾ, ਖਾਓ ਮੋਰਚੇ 'ਤੇ ਜਾ ਕੇ ਡੰਡੇ ਪੁਲਿਸ ਦੇ। ਮਨਜੀਤ ਮੈਨੂੰ ਲੱਗਦਾ ਦੀਪਾ ਨਸ਼ੇ ਲੱਗਿਆ ਕਰਨ। ਨਾ ਜੀ, ਆਪਣਾ ਦੀਪਾ ਤਾਂ ਬਹੁਤ ਸਾਊ ਹੈ। ਤੂੰ ਖਿਆਲ ਰੱਖਿਆ ਕਰ, ਆ ਪੁੱਤ ਵਿਗੜਦੇ ਦੁੱਧ ਉਬਲਦੇ ਦੇਰ ਨਹੀਂ ਲੱਗਦੀ ਹੁੰਦੀ, ਸਮਝ ਗਈ? ਚਲ ਠੀਕ ਆ, ਮੈਂ ਕਰਦਾ ਤਿਆਰੀ, ਤੂੰ ਖਿਆਲ ਰੱਖੀਦਾ ਪਿੱਛੋਂ, ਨਾਲੇ ਡੰਗਰਾਂ ਡੁੰਗਰਾਂ ਦਾ, ਠੀਕ ਆ? ਠੀਕ ਹੈ ਜੀ, ਤੁਸੀਂ ਵੀ ਆਪਣਾ ਖਿਆਲ ਰੱਖਿਓ। ਕੀ ਹੋ ਗਿਆ, ਐ ਬੋਥੀ ਬਣਾਈ ਆ? ਕੁਛ ਨਹੀਂ ਯਾਰ, ਬਾਪੂ ਬਾਪੂ ਦੀ ਟੈਨਸ਼ਨ ਜੀ ਸੀ ਬਸ। ਕਿਉਂ, ਕੀ ਹੋ ਗਿਆ? ਉਹ ਦਿੱਲੀ ਰੈਲੀ 'ਤੇ ਜਾ ਰਹੇ ਨਾ, ਭਲਾ ਜੇ ਉੱਥੇ ਕੋਈ 19 ਗੱਲ ਹੋ ਗਈ ਕੌਣ ਜ਼ਿੰਮੇਵਾਰ ਆ? ਲੈ ਦੱਸੀ, ਮੇਰਾ ਬਾਪੂ ਤਾਂ ਆਪ ਜਾ ਰਿਹਾ। ਮੈਨੂੰ ਲੱਗਦਾ ਸਾਰੇ ਬੁੜਿਆਂ ਦਾ ਦਿਮਾਗ ਹਿੱਲ ਗਿਆ। ਤੂੰ ਗਲਤ ਸੋਚਦਾ ਦੀਪ, ਉਹਨਾਂ ਦਾ ਦਿਮਾਗ ਬਿਲਕੁਲ ਸਹੀ ਆ, ਬਲਕਿ ਆਪਾਂ ਸਾਰਿਆਂ ਨੂੰ ਇਸ ਅੰਦੋਲਨ ਦਾ ਹਿੱਸਾ ਬਣਨਾ ਚਾਹੀਦਾ। ਜੇ ਆਪਾਂ ਰੈਲੀ 'ਤੇ ਨਹੀਂ ਜਾ ਸਕਦੇ ਤਾਂ ਆਪਾਂ ਇੱਥੇ ਰਹਿ ਕੇ ਸਪੋਰਟ ਤਾਂ ਕਰ ਹੀ ਸਕਦੇ ਹਾਂ ਨਾ। ਉਹ ਮੈਨੂੰ ਲੱਗਦਾ ਤੂੰ ਵੀ ਹਿੱਲੀ ਹੋਈ ਆ, ਜਦ ਸਰਕਾਰ ਨੇ ਕਾਨੂੰਨ ਬਣਾਈ ਦਿੱਤਾ ਅਤੇ ਪਾਸ ਵੀ ਹੋ ਗਿਆ ਅਤੇ ਹੁਣ ਕਿਵੇਂ ਮੁੜ ਸਕਦਾ? ਸਰਕਾਰ ਵੀ ਤਾਂ ਲੋਕਾਂ ਦੀ ਬਣਾਈ ਹੋਈ ਹੈ ਨਾ ਦੀਪ, ਤੂੰ ਸੋਚ, ਜੇ ਸਰਕਾਰ ਬਣਾ ਸਕਦੇ ਆ ਨਾ ਫਿਰ ਉਹੀ ਸਰਕਾਰ ਨੂੰ ਗੱਦੀਓਂ ਲਾ ਵੀ ਸਕਦੇ ਆ। ਇਹ ਕਾਨੂੰਨ ਤਾਂ ਹੁਣ ਵਾਪਸ ਲੈਣਾ ਹੀ ਪੈਣਾ। ਸਾਲਾ ਮੈਨੂੰ ਤਾਂ ਲੱਗਦਾ ਮੇਰਾ ਪਿਆਰ ਵੀ ਇਹ ਕਾਨੂੰਨਾਂ ਦੀ ਬਲੀ ਚੜ ਜੂਗਾ। ਫਿਰ ਕੀ ਹੋਇਆ ਦੀਪ, ਜੇ ਸਾਡੀਆਂ ਜ਼ਮੀਨਾਂ ਹੀ ਨਹੀਂ ਬਚਣਗੀਆਂ, ਸਾਡੇ ਅੰਨਦਾਤਾ ਹੀ ਨਹੀਂ ਰਹਿਣਗੇ, ਫਿਰ ਆ ਪਿਆਰ ਬਚਾ ਕੇ ਕੀ ਕਰਨਾ? ਭੋਲੀ ਤੂੰ ਵੀ ਐਤਕੀ ਵੋਟਾਂ 'ਚ ਖੜ ਜਾ, ਜੇ MLA ਨਹੀਂ ਸਰਪੰਚ ਤਾਂ ਬਣੇ ਜਾਏਗੀ। ਅੱਛਾ ਇਹ ਦੱਸ, ਇੱਕ ਮਿੱਠੀ ਮਿਲੂ ਅੱਜ? ਤੂੰ ਫੇਰ ਲੱਗ ਗਿਆ ਸ਼ਰਾਰਤਾਂ ਕਰਨ, ਨਾਲੇ ਗੱਲ ਸੁਣ, ਤੂੰ ਆ ਵੈਲੀਆਂ ਦੇ ਜੱਗੂ ਨਾਲ ਕਾਹਤੋਂ ਫਿਰਦਾ ਹੁੰਦਾ? ਤੈਨੂੰ ਪਤਾ ਨਾ ਕਿੰਨਾ ਖਰਾਬ ਆ ਉਹ। ਉਹ ਤਾਂ ਉਹੀ ਯਾਰ, ਉਹ ਤਾਂ ਮੇਰਾ ਮੋਟਰਸਾਈਕਲ ਖਰਾਬ ਹੋ ਗਿਆ ਸੀ, ਮੈਂ ਉਹਨੂੰ ਕਿਹਾ ਮੈਨੂੰ ਛੱਡਿਆ, ਮੈਂ ਕਿਹੜਾ ਰੋਜ਼ ਫਿਰਦਾ ਉਹਦੇ ਨਾਲ। ਦੇਖ ਦੀਪ, ਮੈਨੂੰ ਨਾ ਚੀਟਿੰਗ ਬਿਲਕੁਲ ਪਸੰਦ ਨਹੀਂ, ਜੇ ਤੂੰ ਕਦੇ ਮੈਨੂੰ ਝੂਠ ਬੋਲਿਆ ਨਾ ਤਾਂ ਭੁੱਲ ਜੀ ਮੈਨੂੰ। ਨਾ ਯਾਰ, ਇੱਦਾਂ ਨਾ ਕਹਿ ਭੁੱਲੀ, ਤੇਰੇ ਪਿੱਛੇ ਤਾਂ ਮੈਂ ਜਾਨ ਦੇ ਸਕਦਾ। ਅੱਛਾ, ਜਾਣ ਬਾਅਦ 'ਚ ਦੇਈਂ, ਮੇਰੇ ਘਰ ਦੇ ਆਉਣ ਵਾਲੇ ਆ, ਜਾ ਤੂੰ ਘਰੇ ਜਾ।
ਕਿਤੇ ਉਹੀ ਆ ਕੇ ਤੇਰੀ ਜਾਨ ਲੈ ਲੈਣ। ਅੱਛਾ ਮਿੱਠੀ ਤਾਂ ਦੇ ਦੇ, ਤੂੰ ਜਾ ਇੱਥੋਂ। ਚੱਲ ਉਹ ਜਾਨਾ। ਸੱਚੀ ਪਤਾ ਨਹੀਂ ਕਦੋਂ ਇਹਦਾ ਦਿਮਾਗ ਕੰਮ ਕਰੂਗਾ। ਚੰਗਾ ਮੈਂ ਚੱਲਦਾ, ਔਰ ਖਿਆਲ ਰੱਖੀ ਦਿੱਪੇ ਦਾ ਅਤੇ ਘਰ ਦਾ। ਸਾਡਾ ਕੀ ਪਤਾ ਹੁਣ ਕਦੋਂ ਮੁੜੀਏ, ਮੁੜੀਏ ਵੀ ਜਾਂ ਨਾ। ਨਾ ਨਾ ਜੀ, ਇੰਝ ਨਾ ਕਹੋ, ਰੱਬ ਸਭ ਭਲੀ ਕਰੂਗਾ। ਤੁਸੀਂ ਨਾ ਜਾ ਕੇ ਫੋਨ ਕਰਦੇ ਰਹੋ। ਦਿੱਪੇ ਖਿਆਲ ਰੱਖੀ ਆਪਣੀ ਬੇਬੇ ਦਾ, ਨਾਲੇ ਖੇਤ ਕਿਹੜਾ ਮਾਰਦਾ ਰਹੀ। ਵੈਸੇ ਵੀ ਉੱਥੇ ਇਕੱਠ 'ਚ ਮਤਾ ਪਾਸ ਕਰਿਆ ਵੀ ਅੱਧੇ ਕਿਸਾਨ ਉੱਥੇ ਜਾਇਆ ਕਰਨਗੇ ਅਤੇ ਬਾਕੀ ਦੇ ਪਿੰਡ 'ਚ ਨਿਗ੍ਹਾ ਰੱਖਿਆ ਕਰਨਗੇ ਇੱਕ ਦੂਜੇ ਦੀ ਖੇਤੀਬਾੜੀ ਦੀ ਅਤੇ ਨਾਲੇ ਘਰ ਬਾਰ ਦੀ। ਪਰ ਫਿਰ ਵੀ ਤੂੰ ਗੇੜਾ ਮਾਰਦਾ ਰਹੀ ਖੇਤ ਅਤੇ ਡੰਗਰ ਬੱਚਾ ਦਿਖਦਾ ਰਹੀ, ਠੀਕ ਆ। ਠੀਕ ਆ ਬਾਪੂ, ਖੇਤ ਵੀ ਗੇੜਾ ਮਾਰਿਆ ਕਰੂੰ ਅਤੇ ਕੱਖ ਅੰਡਾ ਵੀ ਕਰ ਲਿਆ ਕਰੂੰ ਜੇ ਪੈਸਿਆਂ ਦੀ ਲੋੜ ਪੈ ਗਈ। ਫਿਰ ਮੈਂ ਆੜਤੀ ਨੂੰ ਕਹਿਤਾ ਜੇ ਲੋੜ ਪਈ ਤਾਂ ਜਾ ਕੇ ਲਿਆਈ। ਇੱਕ ਗੱਲ ਹੋਰ, ਐਵੇਂ ਨਾ ਵਾਧੂ ਖਰਚਾ ਕਰਦਾ ਫਿਰ ਕਿਤੇ। ਨਹੀਂ ਬਾਪੂ, ਮੈਂ ਫਾਲਤੂ ਕਿੱਥੇ ਖਰਚਦਾ। ਚਲੋ ਮੈਂ ਚੱਲਦਾ। ਬੋਲੇ ਸੌ ਨਿਹਾਲ, ਸਤਿ ਸ਼੍ਰੀ ਅਕਾਲ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਰੋ ਨਾ ਬੇਬੇ, ਆ ਜਾਣਾ ਬਾਪੂ ਨੇ ਦੋ ਚਰਨਾਂ 'ਚ ਮੁੜ ਕੇ ਜਦੋਂ ਪਈਆਂ ਡਾਂਗਾਂ ਇਹਦੇ। ਕਿਸਾਨ ਵੀਰੋ, ਹੁਣ ਆਪਾਂ ਚੱਲੇ ਤਾਂ ਹੈਗੇ ਹਾਂ ਪਰ ਹੁਣ ਕੁਛ ਨਾ ਕੁਛ ਕਰਕੇ ਮੁੜਾਂਗੇ, ਜਾਂ ਬਿੱਲ ਰੱਦ ਕਰਾ ਕੇ ਮੁੜਾਂਗੇ ਜਾਂ ਜਾਨ ਦੇ ਕੇ ਮੁੜਾਂਗੇ। ਲਓ ਕਿਸਾਨ ਵੀਰੋ, ਆਪਾਂ ਹੁਣ ਚੱਲੇ ਤਾਂ ਪਾ ਲੈਣੇ ਦਿੱਲੀ ਨੂੰ, ਜਾਂ ਤਾਂ ਹੁਣ ਦਿੱਲੀ ਜਿੱਤ ਕੇ ਮੁੜਾਂਗੇ ਜਾਂ ਸ਼ਹੀਦੀਆਂ ਪਾ ਕੇ ਮੁੜਾਂਗੇ। ਕਿਸਾਨ ਭਰਾਵੋ, ਆਪਾਂ ਹੁਣ ਘਰਾਂ ਤੋਂ ਚੱਲ ਤਾਂ ਪਏ ਹਾਂ ਪਰ ਹੁਣ ਅਸੀਂ ਦਿੱਲੀ ਦੀ ਨਾਨੀ ਯਾਦ ਕਰਾ ਦਿਆਂਗੇ, ਆਪਣੇ ਹੱਲ ਦੀ ਚਾਹੂ ਨਾਲ ਦਿੱਲੀ ਦੀਆਂ ਜੜ੍ਹਾਂ ਪੱਟਾਂਗੇ। ਜੇ ਅਸੀਂ ਖੇਤੀ ਕਰਨਾ ਜਾਣਦੇ ਹਾਂ ਤਾਂ ਆਪਣੇ ਹੱਕ ਲੈਣਾ ਵੀ ਜਾਣਦੇ ਹਾਂ। ਸਾਡੇ ਹੱਕ, ਸਾਡੇ ਹੱਕ। ਸੋ ਭਰਾਵੋ, ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਆ ਕਿ ਆਪਾਂ ਸ਼ਾਂਤੀ ਦੇ ਨਾਲ ਆਪਣੇ ਹੱਕ ਲੈ ਕੇ ਆਉਣੇ ਨੇ, ਕਿਸੇ ਨੂੰ ਤੰਗ ਨਹੀਂ ਕਰਨਾ, ਵਾਧੂ ਕਿਸੇ ਨੂੰ ਬੋਲਣਾ ਨਹੀਂ। ਚੱਲੀਏ ਫਿਰ, ਇਨਕਲਾਬ ਇਨਕਲਾਬ ਜ਼ਿੰਦਾਬਾਦ। ਚਲੋ ਬਾਈ। ਲਿਆ ਫਿਰ ਕੱਢ ਪੈਸੇ, ਮਾਲ ਉਹ ਐਵੇਂ ਨਹੀਂ ਦਿੰਦਾ।
ਆ ਲੈ 2000, ਕੱਲ ਦਾ ਵੀ ਸਰਜੂ ਆਪਣਾ। ਕਰ ਉਹਨੂੰ ਫੋਨ। ਮਾਈਕਲ, ਆ 2000 ਦਾ ਮਾਲ ਫੜੀ ਲਈ। ਉਹ ਯਾਰ ਸਾਨੂੰ ਔਖਾ ਆਉਣਾ, ਤੈਨੂੰ ਪਤਾ ਤਾਂ ਹੈਗਾ, ਨਾਲੇ ਤੋੜ ਲੱਗੀ ਹੋਈ ਆ। ਛੇਤੀ ਆ ਜਾ ਮੇਰਾ ਵੀਰ। ਉਹ ਤੇਰਾ ਬਾਪੂ ਰੇਲੀ 'ਚ ਜਾ ਵੜਿਆ ਹੋਏ। ਓਏ ਹੋਰ ਯਾਰ, ਆ ਘਰ ਦਾ ਸਾਰਾ ਕੰਮ ਮੈਨੂੰ ਕਰਨਾ ਪੈਂਦਾ। ਉਹ ਬਥੇਰਾ ਰੋਕਿਆ ਬਾਪੂ ਨੂੰ, ਰੁਕੇ ਨਹੀਂ। ਉਹ ਸਾਡੇ ਵਾਲਾ ਬੁੜਾ ਵੀ ਜਾ ਵੜਿਆ ਰੇਲੀ 'ਚ, ਕਹਿੰਦਾ ਹਰਿਆਣਾ ਬਾਰਡਰ 'ਤੇ ਰੋਕੇ ਹੋਏ ਨੇ ਸਾਰੇ, ਅੱਗੇ ਨਹੀਂ ਜਾਣ ਦਿੰਦੇ ਕਿਸੇ ਨੂੰ ਵੀ। ਉਹ ਤੂੰ ਦੇਖਦਾ ਰਹੀਂ, ਉੱਥੋਂ ਡਾਂਗਾ ਖਾ ਕੇ ਮੁੜਨਗੇ। ਉਹ ਕਿਹੜੇ ਬਿੱਲ ਮੁੜਨਗੇ? ਲੈ ਉਹ ਆ ਗਿਆ ਮਾਈਕਲ। ਪਹਿਲੋਂ ਪੈਸੇ ਕੱਢ, ਪੈਸੇ ਤੂੰ ਮਾਲ ਤਾਂ ਦੇ, ਪੈਸੇ ਕੱਢ ਪਹਿਲਾਂ, ਫੇਰ ਹੀ ਦਊਂਗਾ ਮਾਲ ਵੀ। ਲੈ ਫੜ, ਲੈ ਫੜਾ ਉਰਾ। ਬਸ ਸੁਣ ਲਿਆ, ਪੈਸੇ ਪਹਿਲਾਂ ਲੈਂਦਾ। ਚੱਲ ਆ ਫਿਰ, ਚੱਲ ਆ ਜਾ ਹੁਣ। ਤੇਰਾ ਬਾਪੂ ਪੂਰਾ ਹੋ ਗਿਆ ਦਿੱਲੀ। ਹਾਏ ਹੋਏ ਰੱਬਾ, ਉਹ ਆ ਕੀ ਭਾਣਾ ਵਰਤਾਤਾ। ਕੋਈ ਨਾ ਵੀਰ, ਹੌਸਲਾ ਰੱਖ, ਹੌਸਲਾ ਰੱਖ, ਹੌਸਲਾ। ਉਹ ਤਾਂ ਸ਼ਹੀਦ ਹੋਇਆ, ਮਰਿਆ ਨਹੀਂ ਹੈਗਾ ਉਹ। ਹਾਂ ਚਾਚਾ, ਤੂੰ ਠੀਕ ਹੀ ਕਹਿਣਾ, ਮੇਰਾ ਬਾਪੂ ਮਰਿਆ ਨਹੀਂ, ਉਹ ਸ਼ਹੀਦ ਹੋਇਆ, ਸ਼ਹੀਦ। ਉਹ ਆਪਣੇ ਹੱਕ ਦੀ ਲੜਾਈ 'ਚ ਸ਼ਹੀਦ ਹੋਇਆ। ਹੁਣ ਇਹ ਅੰਦੋਲਨ ਹੋਰ ਤੇਜ਼ ਹੋਊਗਾ, ਅਸੀਂ ਦਿੱਲੀ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿਆਂਗੇ। ਹਾਂ ਹਾਂ ਬਾਈ, ਮੈਂ ਆਪਣੇ ਬਾਪੂ ਦੀ ਕੁਰਬਾਨੀ ਨੂੰ ਵਿਅਰਥ ਨਹੀਂ ਜਾਣ ਦਊਂਗਾ। ਇਨਕਲਾਬ ਜਿੰਦਾਬਾਦ, ਇਨਕਲਾਬ ਜਿੰਦਾਬਾਦ। ਦਿੱਲੀਏ, ਅਸੀਂ ਆ ਰਹੇ ਹਾਂ, ਤੂੰ ਤਕੜੀ ਹੋ ਜਾ। ਦਿੱਲੀ ਤੂੰ ਇਕੱਲਾ ਨਹੀਂ ਜਾਏਗਾ ਬਾਈ, ਮੈਂ ਵੀ ਤੇਰੇ ਨਾਲ ਜਾਵਾਂਗਾ। ਇਨਕਲਾਬ ਜਿੰਦਾਬਾਦ, ਕਿਸਾਨ ਏਕਤਾ ਜਿੰਦਾਬਾਦ, ਕਿਸਾਨ ਏਕਤਾ ਜਿੰਦਾਬਾਦ। ਇਨਕਲਾਬ ਜਿੰਦਾਬਾਦ। ਇਨਕਲਾਬ ਜਿੰਦਾਬਾਦ। ਇਨਕਲਾਬ ਜਿੰਦਾਬਾਦ। ਹੇ ਰੱਬਾ, ਪਤਾ ਨਹੀਂ ਇਹ ਸੰਘਰਸ਼ ਕਿੰਨੀਆਂ ਕੁ ਕੁਰਬਾਨੀਆਂ ਲੈ ਕੇ ਖਤਮ ਹੋਊਗਾ। ਹੇ ਰੱਬਾ, ਸੁੱਖ ਰੱਖੀ ਜਿੰਨੇ ਵੀ ਕਿਸਾਨ ਉਸ ਅੰਦੋਲਨ 'ਚ ਬੈਠੇ ਆ, ਸਭ 'ਤੇ ਆਪਣਾ ਮਿਹਰ ਭਰਿਆ ਹੱਥ ਰੱਖੀ। ਬਸ ਇਹੀ ਅਰਦਾਸ ਹੈ ਤੇਰੇ ਅੱਗੇ।